ਵਿਆਹ ਕਰਨਾ ਪੈ ਗਿਆ ਮਹਿੰਗਾ। ਕੁੜੀ ਮੁੰਡੇ ਵੱਲੋਂ ਮਰਜ਼ੀ ਨਾਲ ਭੱਜ ਕੇ ਵਿਆਹ ਕਰਾ ਲਿਆ ਗਿਆ। ਇਹ ਖਬਰ ਫਿਰੋਜ਼ਪੁਰ ਦੀ ਦੱਸੀ ਜਾ ਰਹੀ ਹੈ, ਜਿੱਥੇ ਮੁੰਡੇ ਕੁੜੀ ਵੱਲੋਂ ਭੱਜ ਕੇ ਵਿਆਹ ਕਰਵਾ ਲਿਆ ਗਿਆ ਤੇ ਮਗਰੋਂ ਕੁੜੀ ਦੇ ਘਰ ਵਾਲਿਆਂ ਵੱਲੋਂ ਰਾਤ ਹਨੇਰੇ ਵਿੱਚ ਲਾਈਟ ਕੱਟ ਕੇ ਮੁੰਡੇ ਦੇ ਘਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਤੇ ਸਾਰਾ ਸਮਾਨ ਸੜ ਕੇ ਸਵਾਹ ਕਰ ਦਿੱਤਾ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਸਭ ਕੁੜੀ ਦੇ ਭਰਾਵਾਂ ਵੱਲੋਂ ਕੀਤਾ ਗਿਆ ਹੈ, ਕਿਉਂਕਿ ਉਹ ਇਸ ਰਿਸ਼ਤੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ। ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ, ਪਰ ਮੈਂਬਰਾਂ ਦੀ ਜਾਨ ਬਚ ਗਈ। ਉਹਨਾਂ ਵੱਲੋਂ ਇਸ ਤਰ੍ਹਾਂ ਅੱਗ ਲਗਾਈ ਗਈ ਸੀ ਕਿ ਘਰ ਦੇ ਮੈਂਬਰ ਵੀ ਸੜ ਕੇ ਸਵਾਹ ਹੋ ਜਾਣ, ਪਰ ਏਦਾਂ ਦਾ ਕੁਝ ਨਹੀਂ ਹੋਇਆ। ਉੱਥੇ ਹੀ ਪਰਿਵਾਰ ਵੱਲੋਂ ਕਿਹਾ ਗਿਆ ਕਿ ਸਾਨੂੰ ਸਾਡੇ ਸਮਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਤੇ ਪ੍ਰਸ਼ਾਸਨ ਉਹਨਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ, ਤਾਂ ਜੋ ਉਹ ਅੱਗੇ ਸਾਡੇ ਨਾਲ ਹੋਰ ਕੋਈ ਵਾਰਦਾਤ ਕਰਨ ਦੀ ਕੋਸ਼ਿਸ਼ ਨਾ ਕਰਨ। ਇਹ ਸਰ ਮੇਰਾ ਲੜਕਾ ਯਕੂਬ, ਔਰ ਉਹ ਇੱਕ ਲੜਕੀ ਹੈ ਕਨਾਲ ਕਲੋਨੀ ਦੀ, ਉਹਦਾ ਨਾਂ ਮਧੂ। ਉਹਨਾਂ ਨੇ ਇੱਥੋਂ ਸਾਡੇ ਤੋਂ ਚੋਰੀ ਭੱਜ ਕੇ ਤੇ ਲਵ ਮੈਰਿਜ ਕਰਾ ਲਈ ਲੜਕੀ ਨੇ ਮੇਰੇ ਬੇਟੇ ਨਾਲ। ਹੁਣ ਮੈਂ ਵੀ ਘਰੇ ਨਹੀਂ ਹੈਗਾ, ਮੈਂ ਤਾਂ ਡਰਾਈਵਰ ਬੰਦਾ ਜੀ, ਮੈਂ ਤਾਂ ਅੱਜ ਰਾਤ ਹੀ ਆਇਆ, ਮਤਲਬ ਕਿ ਗੱਡੀ ਲੈ ਗਈ ਬਾਹਰੋਂ, ਤੇ ਮੈਂ ਵੇਖਿਆ ਆ ਕੇ ਘਰ, ਤੇ ਘਰ ਦਾ ਬੁਰਾ ਹਾਲ ਕੀਤਾ ਪਿਆ। ਮੇਰੇ ਬੱਚੇ, ਮੇਰੀ ਗੁੜੀਆ ਤੇ ਮੇਰੇ ਘਰ ਦੀ ਇੱਥੋਂ ਡਰ ਦੇ ਮਾਰੇ ਭੱਜ ਗਿਆ, ਤੇ ਆਹ ਦੇਖ ਲਓ ਤੁਸੀਂ ਹਾਲ ਕੀ ਕੀਤਾ। ਨਕਦੀ ਪੈਸੇ, ਸੋਨਾ 2 ਤੋਲੇ, ਔਰ ਇੱਥੋਂ ਸਿਲੰਡਰ ਤੱਕ ਲੈ ਗਏ, ਇਨਵੇਟਰ ਤੱਕ ਚੱਕ ਕੇ, ਬਾਕੀ ਆ ਸਮਾਨ ਦੀ ਵੀਡੀਓ ਸਭ ਨੂੰ ਨਜ਼ਰ ਆਏਗੀ। ਹਾਂਜੀ, ਆ ਦਰਵਾਜ਼ੇ ਟੁੱਟੇ ਹੋਏ ਨੇ, ਅੰਦਰ ਵੜ ਕੇ ਪੈਟਰੋਲ ਪਾ ਕੇ ਸਾੜੀ, ਇਹ ਪਿੰਡ ਵਾਲਿਆਂ ਦੇ ਬਿਆਨ ਨੇ। ਇਹ ਲੜਕੀ ਦੇ ਪਰਿਵਾਰ ਵੱਲੋਂ ਇਹ ਘੱਟੋ ਘੱਟ 4 ਲੱਖ ਤੋਂ ਉੱਪਰ ਦਾ ਨੁਕਸਾਨ ਹੈ ਇਹਨਾਂ ਵੱਲੋਂ। ਤੁਸੀਂ ਦੇਖ ਲਓ ਵੀ ਘਰ 'ਚ ਜਿੰਨਾ ਸਮਾਨ ਏਸੀ ਤੱਕ ਲੱਗਾ ਹੋਇਆ, ਜਿਹੜੇ ਕੋਲਾ ਬਣ ਚੁੱਕਾ, ਆਹ ਬੈੱਡ ਬੈੱਡ ਭਰਿਆ ਸੀਗਾ ਜਿਹੜਾ ਕੋਲਾ ਬਣਿਆ, ਉੱਧਰ ਪੇਟੀ ਪਈ ਹੈ, ਪੇਟੀ ਦੀ ਫੁੱਲ ਜਿੰਨੀ ਵੀ ਭਰੀ ਹੋਈ ਸੀਗੀ ਸਾਰਾ ਬਾਹਰ ਪਿਆ, ਅੱਗ ਲਾ ਕੇ ਫੂਕ ਗਏ ਨੇ ਸਾਰਾ ਕੁਛ, ਮੇਰੀ ਅਲਮਾਰੀ, ਮੇਰਾ ਸਭ ਕੁਛ ਹੀ ਐਨ, ਜਿਵੇਂ ਕਿਧਰ ਵੀ ਘਰ 'ਚ ਇੱਕ ਚਮਚੀ ਨਹੀਂ ਛੱਡੀ ਉਹਨਾਂ ਨੇ ਜਿਹੜੀ ਸਾੜ ਕੇ ਸਵਾ। ਇੱਧਰ ਆਹ ਪਵਿੱਤਰ ਬਾਈਬਲ ਜਿਹੜੀ ਮੇਰੇ ਕਮਰੇ 'ਚ ਬੈੱਡ ਦੀ ਢੋਹ 'ਤੇ ਪਈ ਸੀ, ਇਹ ਬੇਅਦਬੀ, ਇਹਨੂੰ ਵੀ ਵਿੱਚੇ ਸਾੜਿਆ ਉਹਨਾਂ ਬੰਦਿਆਂ ਨੇ। ਇਹ ਮੈਨੂੰ ਤਾਂ ਪਿੰਡ ਵਾਲਿਆਂ ਪਿੰਡ ਤੋਂ ਹੀ ਪਤਾ ਲੱਗਿਆ ਜੀ, ਮੈਂ ਤਾਂ ਕਰੇਗਾ ਜੀ। ਉਹਨਾਂ ਨੇ ਆ ਕੇ ਬਜਾਈ, ਉਹਨਾਂ ਨੇ ਫੁੱਲ ਕੋਸ਼ਿਸ਼ ਕੀਤੀ, ਫੁੱਲ ਜ਼ੋਰ ਲਾ ਕੇ ਥੋੜਾ ਬਹੁਤਾ ਸਮਾਨ ਬਾਹਰ ਸੁੱਟਿਆ। ਬੰਦੇ ਉਹ ਘੱਟੋ ਘੱਟ 30 ਬੰਦੇ ਸੀਗੇ। ਪੁਲਿਸ ਆਈ ਸੀ ਸਰ, ਉਹ ਵੀਡੀਓ ਬਣਾ ਕੇ ਲੈ ਗਿਆ, ਅੱਗੇ ਕੋਈ ਕਾਰਵਾਈ ਨਹੀਂ ਹਜੇ। ਮੈਡਮ ਆਈ ਸੀ, ਬੇਟਾ ਮੇਰਾ ਪੋਤਰਾ ਸੀ ਜੀ, ਉਹਨਾਂ ਦੀ ਸਕੂਲ 'ਚ ਕੋਈ ਲੜਕੀ ਦੀ ਜਾਂ ਲੜਕੇ ਦੀ ਗੱਲ ਚੱਲਦੀ ਸੀ, ਤੇ ਉਹ ਲੜਕਾ ਲੜਕੀ ਲੈ ਕੇ ਭੱਜ ਗਿਆ। ਇਹਨਾਂ ਨੇ ਆਏ ਨੇ ਰਾਤ ਦੇ 12:30 ਵਜੇ ਕਿ ਘਰ ਨੂੰ ਆਣ ਕੇ ਅੱਗ ਲਾ ਦਿੱਤੀ, ਸਾਰਾ ਸਾਡਾ ਸਾਰਾ ਹੀ ਸਮਾਨ ਤੋੜਤਾ। ਹਾਂ ਜੀ, ਲੜਕੀ ਦੇ ਭਰਾ ਆਏ ਨਾਲ, ਗੁੰਡੇ ਲੈ ਕੇ ਆਏ, 15-20 ਗੁੰਡੇ ਲੈ ਕੇ ਆਏ, ਨਾਲ ਅੱਗ ਲਾ ਦਿੱਤੀ। ਸਾਡਾ ਜੋ ਵੀ ਮੁਰਗੇ ਮੁਰਗੀਆਂ ਜੋ ਵੀ ਐਸ ਸਮਾਨ ਸਾਰਾ ਕੁਛ ਲੈ ਗਿਆ, ਸਿਲੰਡਰ ਵੀ ਚੁੱਕ ਕੇ ਲੈ, ਤੋੜ ਭੰਨ ਕੀਤੀ ਹੈ ਜੀ। ਗੁੰਡਾਗਰ ਜੀ, ਇੱਥੇ ਤਾਂ ਪਿੰਡ ਵਾਲੇ ਨਾਂ ਦੇ ਤਾਂ ਅਸੀਂ ਬਚਣ ਯੋਗੇ ਨਹੀਂ ਸਨ, ਮਾਰਨ ਵਾਸਤੇ। ਮੇਰਾ ਨਾਂ ਜਸਪਾਲ ਹੈ, ਮੈਂ ਬਿੱਟੂ ਦਾ ਬ੍ਰਦਰ ਹਾਂ ਜੀ। ਸਾਡਾ ਪਿੰਡ ਕੋਠੀ ਰਾਏ ਸਾਹਿਬ ਹੈ ਜੀ, ਇਹ ਇੱਥੋਂ ਕਨਾਲ ਕਲੋਨੀ ਤੋਂ ਜੀ। ਉਹਦੇ ਬ੍ਰਦਰ ਸੀ ਜੀ ਨਾਲ, ਉਹਨਾਂ ਦੇ ਲੜਕੀ ਦੇ, ਤੇ ਉਹ ਅਜੇ ਸੀ ਜੀ, ਤੇ ਉਹਦਾ ਛੋਟਾ ਬ੍ਰਦਰ ਸੀ ਇੱਕ ਜੀ, ਤੇ ਨਾਲ ਹੋਰ ਸੀ ਅਣਪਛਾਤੇ, ਅਣਪਛਾਤੇ ਵਾਹਵਾ 30-40 ਜਣੇ ਸਿੱਧੇ। ਤੇ ਇਹ ਰਾਤ ਨੂੰ 12:00 ਵਜੇ ਆਏ ਨੇ, ਤੇ ਇਹਨਾਂ ਮੇਰੇ ਭਰਾ ਦੇ ਘਰ ਨੂੰ ਅੱਗ ਲਾ ਦਿੱਤੀ ਜੀ। ਪਹਿਲਾਂ ਫਾਇਰ ਮਾਰੇ 3 ਸਭ, ਇਸ ਗੱਲ ਦੇ ਪਿੰਡ ਗਵਾਹ ਜੀ ਨਾਲ ਦਾ, ਜਿੱਥੇ ਰਹਿ ਰਿਹਾ ਮੇਰਾ ਬ੍ਰਦਰ। ਤੋ ਇਹਨਾਂ ਪਹਿਲਾਂ 3 ਫਾਇਰ ਮਾਰੇ ਜੀ, ਉਦੋਂ ਬਾਅਦ ਇਹਨਾਂ ਨੇ ਘਰ ਨੂੰ ਅੱਗ ਲਾਉਣੀ ਸ਼ੁਰੂ ਕਰਤੀ ਜੀ। ਪਹਿਲਾਂ ਤੋੜਿਆ ਜੀ, ਫਿਰ ਮੇਰੇ ਭਰਾ ਦੀਆਂ ਕੰਧਾਂ ਥੋੜਿਆ ਨਾ ਮਾਰ ਮਾਰ ਕੇ ਕੰਧਾਂ ਵਟਾ ਦਿੱਤੀਆਂ ਜੀ। ਕਾਰਨ ਇਹ ਸੀ ਜੀ, ਜੋ ਸਾਡਾ ਲੜਕਾ ਸਾਨੂੰ ਦੱਸਿਆ ਵੀ ਨਹੀਂ, ਮੇਰਾ ਬ੍ਰਦਰ ਤਾਂ UP ਸੀ ਜੀ, ਬਿਹਾਰ 'ਚ ਸੀ, ਤੋ ਇਹਨਾਂ ਦੱਸਿਆ ਵੀ ਨਹੀਂ, ਤੇ ਉਹ ਆਪਸ ਮੇ ਮੁੰਡੇ ਨੇ ਤੇ ਕੁੜੀ ਨੇ ਇੱਥੋਂ ਭੱਜ ਗਿਆ, ਸਾਨੂੰ ਤਾਂ ਕਿਸੇ ਨੂੰ ਪਤਾ ਵੀ ਨਹੀਂ ਦਾ। ਹਾਂ, ਲਵ ਮੈਰਿਜ ਕਰਾਈ, ਸਾਡੇ ਬ੍ਰਦਰ ਨੂੰ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ ਜੀ। ਹਾਂ, ਉਹਨਾਂ ਘਰ ਤੋੜਤਾ ਜੀ, ਮੰਗ ਇਨਸਾਫ਼ ਹੀ ਚਾਹੁੰਦੇ ਜੀ ਅਸੀਂ ਸਾਰੇ ਰਲ ਮਿਲ ਕੇ ਪਿੰਡ ਵਾਲੇ ਵੀ ਜੀ। ਮੈਂ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾ ਲਈ ਹੈ, ਤੇ ਕੱਲ੍ਹ ਰਾਤ ਮੇਰੇ ਘਰਦਿਆਂ ਨੇ ਮੇਰੇ ਸਹੁਰੇ ਘਰ ਜਾ ਕੇ ਸਾਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ,
ਤੇ ਘਰ ਵਿੱਚ ਅੱਗ ਲਗਾ ਦਿੱਤੀ। ਇਸ ਨੁਕਸਾਨ ਦੇ ਜ਼ਿੰਮੇਵਾਰ ਮੇਰੇ ਫੈਮਿਲੀ ਮੈਂਬਰ, ਮੇਰਾ ਵੱਡਾ ਭਰਾ ਅਜੇ ਕਾਲੂ ਅਤੇ ਮੇਰੀ ਮੰਮਾ ਅਤੇ ਰਾਹੁਲ ਭੰਡਾਰੀ ਇਸ 'ਤੇ ਜ਼ਿੰਮੇਵਾਰ ਹੋਣਗੇ। ਮੈਨੂੰ ਇਨਸਾਫ ਦਿੱਤੀ। ਵਜ੍ਹਾ ਕਿ ਮੁੰਡੇ ਨੇ ਤੇ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ, ਕੋਰਟ ਮੈਰਿਜ ਹੋ ਚੁੱਕੀ ਉਹਨਾਂ ਦੀ, ਕਲਾਨ ਕਲੋਨੀ ਦੀ ਕੁੜੀ ਏ, ਤੇ ਵੀ ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ। ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਸੀ, ਸਾਡੀ ਗੱਲ ਦੇ ਵਿੱਚ ਕਿਸੇ ਦੇ ਨਹੀਂ ਆਏ, ਸਾਨੂੰ ਕੁਛ ਨਹੀਂ ਦੱਸਿਆ ਪੁੱਛਿਆ। ਉੱਤੋਂ ਸਾਡੇ ਘਰੇ ਰਾਤੀ ਗਏ, ਦੋ ਜਣੇ ਗਏ, ਸਾਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ। ਰਾਤੀ ਆ ਕੇ ਇੱਥੋਂ ਕਬੂਤਰ ਤੇ ਕੁੱਕੜ ਆਉਂਦੇ, ਚੱਕੇ ਵੀਰੇ ਦੇ, ਵੱਡਾ ਵੀਰ ਹੈ ਸਾਡਾ, ਜੇਠ ਮੇਰਾ, ਤੇ ਇਹਨਾਂ ਦੇ ਚੁੱਕੇ ਨੇ ਆ ਕੇ ਨਾ ਅੱਗ ਲਾ ਕੇ ਸਾਰੇ ਨੁਕਸਾਨ ਕੀਤਾ, ਆ ਬੰਦੇ ਤੱਕ ਮਾਰਨ ਦੀ ਕੋਸ਼ਿਸ਼ ਕੀਤੀ, ਜਿਹੜੇ ਪਿੰਡ ਆਏ ਗੋਲੀ ਚਲਾਈ, 20-25 ਜਣੇ ਬੰਦੇ, ਜ਼ਿਆਦੇ ਸੀ, ਅਦੋਂ ਵੀ ਜ਼ਿਆਦੇ ਸੀ। ਹਨੇਰਾ ਕੀਤਾ, ਲਾਈਟਾਂ ਕੱਟੀਆਂ ਇਹਨਾਂ ਨੇ, ਬੰਦੇ ਸਿਆਣੇ ਨਹੀਂ ਗਏ ਸਾਡੇ ਤੋਂ, ਇਹਨਾਂ ਨੇ ਬਹੁਤ ਜ਼ਿਆਦਾ ਆਪਦੇ ਜਾਣੇ, ਸਾਡੇ ਜੀਅ ਵੇਖੇ ਇਹਨਾਂ ਨੇ ਕਿ ਘਰੇ ਆ ਅਸੀਂ ਉਹਨਾਂ ਦਾ ਨੁਕਸਾਨ ਕਰੀਏ। ਇਹਨਾਂ ਨੇ ਕੁਛ ਵੀ ਸਾਡੇ ਘਰ ਦੇ ਵਿੱਚ ਛੱਡਿਆ ਨਹੀਂ, ਦਾ ਸਿਲੰਡਰ ਤੱਕ, ਇਨਵਰਟਰ ਤੱਕ, ਏਸੀ ਤੱਕ, ਕੋਈ ਵੀ ਘਰ ਦੀ ਚੀਜ਼ ਨਹੀਂ ਹੈਗੀ ਸਾਡੇ ਦੀ ਵੀ ਜਿਹੜੀ ਇਹਨਾਂ ਨੇ ਛੱਡੀ। ਹਾਂਜੀ, ਸਾਨੂੰ ਤਾਂ ਸਰਕਾਰ ਬਸ ਇਹ ਹੈ ਵੀ ਸਾਨੂੰ ਇਨਸਾਫ ਮਿਲੇ, ਕਿਵੇਂ ਨਾ ਕਿਵੇਂ, ਜੇ ਮੁੰਡੇ ਦੀ ਮਰਜ਼ੀ ਸੀ ਤੇ ਕੁੜੀ ਦੀ ਵੀ ਮਰਜ਼ੀ ਸੀ, ਫਿਰ ਬੇਟੀ ਆਦੀ ਨੂੰ ਫੜ ਦੇ, ਕਾਰਵਾਈ ਕਰਨੀ ਸੀ ਸਾਡੇ ਨਾਲ ਕਰਦੇ, ਘਰੇ ਕਾਹ ਤੋਂ ਆਏ ਸਾਡੇ, ਇਹਨਾਂ ਕਾਹ ਤੋਂ ਸਾਡੇ ਘਰੇ ਵਾਰਦਾਤ ਕੀਤੀ। ਸਾਡੀ ਤੇ ਇਹ ਬੇਨਤੀ ਸਾਡੇ ਨਾਲ ਇਨਸਾਫ ਕੀਤਾ ਜਾਵੇ। ਇਹ ਸਾਡੇ ਕੋਲ ਬਿੱਟੂ ਨਾਮ ਦੇ ਆਦਮੀ ਨੇ ਕੰਪਲੇਂਟ ਕੀਤੀ ਹੈ ਵੀ ਉਸਦੇ ਬੇਟੇ ਨੇ ਲਵ ਮੈਰਿਜ ਕੀਤੀ 23/7 ਨੂੰ, 23 ਜੁਲਾਈ ਨੂੰ, ਇਸੇ ਰੰਜਿਸ਼ ਦੇ ਕਾਰਨ ਉਹ ਲੜਕੀ ਦੇ ਜਿਹੜੇ ਭਰਾ ਸੀ ਉਹਨਾਂ ਨੇ ਇਹਨਾਂ ਦੇ ਘਰ ਆ ਕੇ, ਜਦੋਂ ਇਹ ਘਰੇ ਹੈ ਨਹੀਂ ਸੀ, ਇਹ ਪਾਸੇ ਅਸੇ ਸੀ, ਘਰੇ ਆ ਕੇ ਇਹਨਾਂ ਦੇ ਤੋੜਭੰਨ ਕੀਤੀ ਹੈ ਅਤੇ ਸਮਾਨ ਨੂੰ, ਜਿਹੜਾ ਕੋਈ ਇਹਨਾਂ ਦਾ ਘਰੇਲੂ ਵਰਤੋਂ ਦਾ ਸਮਾਨ ਸੀ ਉਹਨੂੰ ਅੱਗ ਲਾ ਗਿਆ, ਜਿਹਦੇ ਨਾਲ ਇਹਨਾਂ ਦਾ ਕਾਫੀ ਨੁਕਸਾਨ ਹੈ। ਅਸੀਂ ਇਹਦੇ ਸੰਬੰਧ ਵਿੱਚ ਮੁਕੱਦਮਾ ਨੰਬਰ 129 ਥਾਣਾ ਸਦਰ ਫਿਰੋਜ਼ਪੁਰ ਵਿੱਚ ਦਰਜ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ। ਅਜੇ ਕੁਮਾਰ ਹੋਣੀ ਜਿਹੜੇ ਹੈਗੇ ਕੁੱਲ ਦੋਸ਼ੀ, ਇਹਦੇ ਵਿੱਚ 6 ਬਾਈ ਨੇਮ ਦੋਸ਼ੀ ਨੇ ਜੀ, ਰਾਜ ਕੁਮਾਰ, ਰਾਹੁਲ, ਕਰਨ, ਰਜੇਸ਼, ਬਾਈ ਨੇਮ 6 ਬੰਦਿਆਂ 'ਤੇ। ਹਾਂਜੀ ਬਿਲਕੁਲ, ਛਾਪੇਮਾਰੀ ਜਾ ਰਹੀ ਹੈ, ਬਹੁਤ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਨਾ।